ਤੁਸੀਂ ਦੇਖ ਰਹੇ ਹੋ ਖਬਰ ਪੜਤਾਲ। ਮੈਂ ਹਾਂ ਸੁਨੀਲ ਕੁਮਾਰ ਹਿਮਾਚਲੀ ਅਤੇ ਇਸ ਸ਼ੋਅ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਈ। ਡੱਲਈ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਸੁਨੀਲ ਜੀ। ਡੱਲਈ, ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਕੱਲ੍ਹ ਜਿਵੇਂ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ ਕਿ ਸੁਖਪਾਲ ਸਿੰਘ ਖਹਿਰਾ ਖਹਿਰਾ ਧੜਾ ਕੀ ਕੁਛ ਵੱਡਾ ਐਲਾਨ ਕਰੇਗਾ, ਕਿਉਂਕਿ ਜਿਵੇਂ ਕਿ ਉਹਨਾਂ ਨੇ ਕਿਹਾ ਹੋਇਆ ਕਿ ਉਹ ਨਵੇਂ ਸਾਲ ਦੇ ਪਹਿਲੇ ਹਫ਼ਤੇ ਦੇ ਵਿੱਚ ਕੁਛ ਬੜਾ ਧਮਾਕਾ ਕਰਨਗੇ। ਅਤੇ ਨਾਲ ਹੀ ਇਹ ਵੀ ਚਰਚਾ ਨੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਉਹ ਬਠਿੰਡਾ ਤੋਂ ਚੋਣਾਂ ਲੜ ਸਕਦੇ। ਕਿੰਨਾ ਕੀ ਇਸ ਖਬਰ ਦੇ ਵਿੱਚ ਪੜਤਾਲ ਹੈ ਤੁਹਾਡੀ? ਦੇਖੋ, ਮੈਂ ਇਹ ਮੰਨਦਾ ਜੀ ਜੀ ਕਿ ਨਰਿੰਦਰ ਮੋਦੀ ਉਹਨਾਂ ਨੇ ਆਉਣਾ ਹੈ 4-3 ਜਨਵਰੀ। ਜੀ ਜੀ ਹਾਂ, ਔਰ ਸਾਨੂੰ ਸਾਰਿਆਂ ਨੂੰ ਪਤਾ ਪੰਚਾਇਤਾਂ ਦੀਆਂ ਚੋਣਾਂ ਪੈ ਰਹੀਆਂ ਨੇ, ਵੋਟਾਂ ਪੈ ਰਹੀਆਂ ਨੇ, ਬਸ ਖਤਮ ਹੈ, ਨਤੀਜੇ ਆਉਣ ਵਾਲੇ ਨੇ ਜੀ। ਦਿਨ ਰਹਿ ਗਏ ਨੇ 2 ਨਰਿੰਦਰ ਮੋਦੀ ਦੀ ਰੈਲੀ ਦੇ। ਨਰਿੰਦਰ ਮੋਦੀ ਦੀ ਰੈਲੀ ਤੋਂ ਤੁਰੰਤ ਬਾਅਦ ਜਾਂ ਤਾਂ 4 ਜਨਵਰੀ ਨੂੰ ਜਾਂ 5 ਜਨਵਰੀ ਨੂੰ ਸੁਖਪਾਲ ਸਿੰਘ ਖਹਿਰਾ ਇੱਕ ਪ੍ਰੈਸ ਕਾਨਫਰੰਸ ਕਰਨਗੇ, ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਪਾਲ ਖਹਿਰਾ ਇੱਕ ਤਾਂ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨਗੇ, ਜਿਹੜੇ ਸੰਕੇਤ ਮਿਲ ਰਹੇ ਨੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੀਆਂ ਗੱਲਾਂ ਤੋਂ। ਔਰ ਇਹ ਸਪਸ਼ਟ ਹੈ ਕਿ ਸੁਖਪਾਲ ਸਿੰਘ ਖਹਿਰਾ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜਨਗੇ, ਕਿਉਂਕਿ ਸੁਖਪਾਲ ਸਿੰਘ ਖਹਿਰਾ ਕਹਿ ਚੁੱਕੇ ਨੇ ਕਿ ਜੇ ਮੈਂ ਮਨ ਹੈ ਉਹਨਾਂ ਦਾ ਚੋਣ ਲੜਨ ਦਾ। ਜੀ ਜੀ, ਪਰ ਬਠਿੰਡਾ ਦੇ ਲੋਕ ਲਗਾਤਾਰ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਬਠਿੰਡਾ ਤੋਂ ਚੋਣ ਆ ਕੇ ਲੜੋ, ਔਰ ਇਹ ਸੁਖਪਾਲ ਸਿੰਘ ਖਹਿਰਾ ਵੀ ਜਾਣਦੇ ਨੇ ਕਿ ਉਹਨਾਂ ਨੇ ਕਿਸੇ ਵੱਡੇ ਰਾਜਨੀਤਿਕ ਪਰਿਵਾਰ ਦੇ ਖਿਲਾਫ ਲੜਾਈ ਲੜਨੀ ਹੈ, ਔਰ ਪੰਜਾਬ ਦੇ ਵਿੱਚ ਬਾਦਲਾਂ ਦਾ ਪਰਿਵਾਰ ਹੈ ਜਿਨ੍ਹਾਂ ਦੇ ਨਾਲ ਰਾਜਨੀਤਿਕ, ਨੈਤਿਕ, ਸਿਧਾਂਤਕ ਇਹ ਸਾਰੀਆਂ ਤਰ੍ਹਾਂ ਦੀਆਂ ਜਿਹੜੀਆਂ ਲੜਾਈਆਂ ਨੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੀਆਂ ਹੈਗੀਆਂ ਨੇ। ਔਰ ਸੁਖਪਾਲ ਸਿੰਘ ਖਹਿਰਾ ਮੇਰੀ ਨਜ਼ਰ ਦੇ ਮੁਤਾਬਕ 100% ਜਿਹੜੀ ਚੋਣ ਹੈ ਲੋਕ ਸਭਾ ਦੀ ਉਹ ਬੀਬੀ ਹਰਸਿਮਰਤ ਕੌਰ ਦੇ ਖਿਲਾਫ ਲੜਨਗੇ। ਇਹ ਚੋਣ, ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਸੁਖਪਾਲ ਸਿੰਘ ਖਹਿਰਾ ਨੂੰ ਚੋਣ ਨਹੀਂ ਲੜਨੀ ਚਾਹੀਦੀ। ਅਸਲ ਦੇ ਵਿੱਚ ਕੀ ਹੈ ਕਿ ਸੁਖਪਾਲ ਸਿੰਘ ਖਹਿਰਾ ਉਸ ਕੱਦ ਦਾ ਆਗੂ ਹੈ ਜਿਸ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਲੀਡਰ ਬਣ ਕੇ ਇਹ ਦੱਸ ਦਿੱਤਾ ਪੰਜਾਬ ਦੇ ਲੋਕਾਂ ਨੂੰ ਕਿ ਵਿਧਾਨ ਸਭਾ ਦੇ ਵਿੱਚ ਓਪੋਜੀਸ਼ਨ ਦੇ ਲੀਡਰ ਦਾ ਮਤਲਬ ਕੀ ਹੁੰਦਾ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਦਾ ਮਤਲਬ ਕੀ ਹੁੰਦਾ। ਮੈਂ ਨਿਰਪੱਖਤਾ ਦੇ ਨਾਲ ਇਹ ਗੱਲ ਕਰੂੰਗਾ, ਸੁਖਪਾਲ ਖਹਿਰਾ ਤੋਂ ਇਲਾਵਾ ਜੇ ਤੁਹਾਨੂੰ ਯਾਦ ਹੈ ਕੋਈ ਕਿ ਕੋਈ ਵਿਧਾਨ ਸਭਾ ਦੇ ਵਿੱਚ ਅਜਿਹਾ ਆਗੂ ਆਇਆ ਹੋਵੇ ਜਿਹਨੇ ਹਰ ਵਕਤ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕੀਤਾ ਹੋਵੇ ਔਰ ਬਿਨਾਂ ਕਿਸੇ ਲਾਲਚ ਦੇ ਨਿਰਪੱਖਤਾ ਦੇ ਨਾਲ ਲੜਾਈ ਲੜੀ ਹੋਵੇ ਸਰਕਾਰ ਦੇ ਨਾਲ, ਭਾਵੇਂ ਕੈਪਟਨ ਅਮਰਿੰਦਰ ਸਿੰਘ ਸੀ, ਭਾਵੇਂ ਸੀ ਅਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ, ਉਹਨਾਂ ਦੋਨਾਂ ਦੇ ਖਿਲਾਫ ਵਿਧਾਨ ਸਭਾ 'ਚ ਰਹਿੰਦੇ ਹੋਏ ਸੁਖਪਾਲ ਖਹਿਰਾ ਨੇ ਵੱਡੀ ਰਾਜਨੀਤਿਕ ਲੜਾਈ ਲੜੀ ਔਰ ਵਿਧਾਨ ਸਭਾ ਦੇ ਵਿੱਚ ਜਿਹੜਾ LOP ਦਾ ਅਹੁਦਾ, ਅੱਜ ਤੱਕ ਜ਼ਿਆਦਾ ਲੋਕਾਂ ਨੂੰ LOP ਕੀ ਹੁੰਦਾ ਪਤਾ ਨਹੀਂ ਸੀ, ਸੁਖਪਾਲ ਖਹਿਰਾ ਨੇ ਦੱਸਿਆ, ਜਿਵੇਂ TN ਸੈਸ਼ਨ ਨੇ ਦੱਸਿਆ ਕਿ ਚੋਣ ਕਮਿਸ਼ਨ ਕੀ ਹੁੰਦਾ, ਔਰ ਇਸੇ ਤਰ੍ਹਾਂ ਸੁਖਪਾਲ ਖਹਿਰਾ ਨੇ ਦੱਸਿਆ ਕਿ LOP ਕੀ ਹੁੰਦਾ, ਔਰ ਇੰਨੇ ਕਾਮਯਾਬ LOP ਰਹੇ। ਹੁਣ ਅਗਰ ਇਸ ਤਰੀਕੇ ਦਾ ਕਿਰਦਾਰ ਪਾਰਲੀਮੈਂਟ ਦੇ ਵਿੱਚ ਜਾਵੇ ਤਾਂ ਪੰਜਾਬ ਦੇ ਮੁੱਦਿਆਂ ਨੂੰ ਸੁਖਪਾਲ ਖਹਿਰਾ ਕਿੰਨੀ ਸ਼ਿੱਦਤ ਨਾਲ ਪੂਰੀ ਦੁਨੀਆ ਅੱਗੇ ਦੱਸ ਸਕਦੇ ਨੇ, ਪੂਰੇ ਦੇਸ਼ ਅੱਗੇ ਦੱਸ ਸਕਦੇ ਨੇ, ਇਹਦਾ ਅੰਦਾਜ਼ਾ ਲਾਉਣਾ ਬੜਾ ਆਸਾਨ ਹੈ ਔਰ ਬੜਾ ਜ਼ਰੂਰੀ ਹੈ। ਪੰਜਾਬ ਦਾ ਕੋਈ ਵੀ ਪਾਰਲੀਮੈਂਟ ਮੈਂਬਰ, ਹਾਲਾਂਕਿ ਭਗਵੰਤ ਮਾਨ ਨੇ ਕੋਸ਼ਿਸ਼ ਕੀਤੀ ਹੈ, ਲੇਕਿਨ ਭਗਵੰਤ ਮਾਨ ਉਨੀ ਸੰਜੀਦਗੀ ਦੇ ਨਾਲ ਆਪਣਾ ਵਿਰੋਧ ਨਹੀਂ ਦਰਜ ਕਰਾ ਸਕੇ। ਠੀਕ ਹੈ, ਉਹਨਾਂ ਕੋਲ ਹੁਨਰ ਹੈ, ਉਹ ਬੜੀਆਂ ਚੰਗੀਆਂ ਕਵਿਤਾਵਾਂ ਪੜ੍ਹਦੇ ਨੇ, ਮੋਦੀ 'ਤੇ ਉਹਨਾਂ ਨੇ ਵਿਅੰਗ ਕੀਤੇ, ਕਿਸਾਨਾਂ ਦੇ ਮਸਲੇ ਵੀ ਉੱਪਰ ਲੈ ਕੇ ਆਏ ਨੇ। ਭਗਵੰਤ ਮਾਨ ਨੂੰ ਮੈਂ ਪਾਰਲੀਮੈਂਟ ਦੇ ਵਿੱਚ ਫੇਲ ਨਹੀਂ ਕਹੂੰਗਾ ਭਗਵੰਤ, ਲੇਕਿਨ ਸੁਖਪਾਲ ਖਹਿਰਾ ਦੀ ਜਿਹੜੀ ਸ਼ੈਲੀ ਹੈ, ਇੱਕ ਤਾਂ ਭਾਸ਼ਾਵਾਂ ਦਾ ਗਿਆਨ ਹੈ, ਸੁਖਪਾਲ ਖਹਿਰਾ ਦੀ ਅੰਗਰੇਜ਼ੀ 'ਚ ਮਾਸਟਰੀ ਹੈ, ਸੁਖਪਾਲ ਖਹਿਰਾ ਹਿੰਦੀ 'ਚ ਬਹੁਤ ਅੱਛਾ ਬੋਲਦੇ ਨੇ, ਪੰਜਾਬੀ 'ਚ ਬਹੁਤ ਅੱਛਾ ਬੋਲਦੇ ਨੇ, ਭਗਵੰਤ ਮਾਨ ਹਿੰਦੀ ਪੰਜਾਬੀ ਚੰਗੀ ਬੋਲਦੇ ਨੇ, ਲੇਕਿਨ ਅੰਗਰੇਜ਼ੀ 'ਚ ਉਹ ਮੇਰੇ ਵਾਂਗ ਥੋੜ੍ਹੇ ਜਿਹੇ ਸਧਾਰਨ ਨੇ, ਮੈਂ ਬਹੁਤੇ ਜ਼ਿਆਦਾ ਕਦੀ ਅੰਗਰੇਜ਼ੀ ਬੋਲਦੇ ਉਹ ਦੇਖੇ ਨਹੀਂ। ਔਰ ਸਾਡੇ ਪਾਰਲੀਮੈਂਟ ਦੇ ਵਿੱਚ ਬਹੁਤੇ ਸਾਰੇ ਪਾਰਲੀਮੈਂਟ ਮੈਂਬਰ ਨੇ ਜਿਹੜੇ, ਉਹਨਾਂ ਦਾ ਅੰਗਰੇਜ਼ੀ ਦਾ ਬੜਾ ਗੂੜ ਗਿਆਨ ਹੈ,
ਮਹਾਰਾਸ਼ਟਰ ਲੈ ਲਓ, ਤੁਸੀਂ ਮੁੰਬਈ ਲੈ ਲਓ, ਬੈਂਗਲੌਰ, ਕੇਰਲਾ, ਮਦਰਾਸ, ਇਹ ਸਾਰੇ ਕਈ ਇਲਾਕੇ ਨੇ ਸਾਡੇ ਜਿੱਥੋਂ ਦੇ ਕਈ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਨੂੰ ਆਉਂਦੀ ਜ਼ਿਆਦਾਤਰ ਅੰਗਰੇਜ਼ੀ ਹੈ। ਉਹਨਾਂ ਹਿੱਸਿਆਂ 'ਚ ਦੇਸ਼ ਦੇ ਸਾਡੇ ਪੰਜਾਬ ਦੇ ਮਸਲੇ ਪਹੁੰਚਦੇ ਨਹੀਂ, ਕਿਉਂਕਿ ਹਿੰਦੀ ਪੰਜਾਬੀ 'ਚ ਜੋ ਸਾਡੇ ਲੀਡਰ ਬੋਲਦੇ ਨੇ, ਚੰਦੂ ਮਾਜਰਾ ਸਾਹਿਬ ਦੀ ਹਿੰਦੀ ਵੀ ਆਪਾਂ ਸੁਣੀ ਹੋਈ ਆ, ਉਹ ਵੀ ਮੇਰੇ ਵਾਂਗ ਕਈ ਵਾਰੀ ਹਿੰਦੀ 'ਚ ਪੰਜਾਬੀ ਸ਼ਬਦ ਵਰਤ ਜਾਂਦੇ ਨੇ, ਪੰਜਾਬੀਆਂ ਦਾ ਸੁਭਾਅ ਹੈ ਜੀ ਜੀ। ਸੋ ਖਹਿਰਾ ਪੰਜਾਬ ਦੇ ਮੁੱਦਿਆਂ ਨੂੰ ਨੈਸ਼ਨਲ ਫਰੰਟ 'ਤੇ ਬਹੁਤ ਚੰਗੇ ਤਰੀਕੇ ਨਾਲ ਰੱਖ ਸਕਦੇ ਨੇ। ਦੇਖੋ ਨਵਜੋਤ ਸਿੰਘ ਸਿੱਧੂ ਦੀ ਕਾਮਯਾਬੀ ਦਾ ਰਾਜ ਕੀ ਸੀ? ਨਵਜੋਤ ਸਿੰਘ ਸਿੱਧੂ ਵੀ ਪੰਜਾਬੀ ਸੀ ਔਰ ਉਹ ਵੀ ਅੰਗਰੇਜ਼ੀ, ਪੰਜਾਬੀ, ਹਿੰਦੀ ਤਿੰਨਾਂ ਭਾਸ਼ਾਵਾਂ 'ਤੇ ਉਹਨਾਂ ਦਾ ਕੰਟਰੋਲ ਸੀ। ਸੋ ਮੇਰਾ ਮੰਨਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪਾਰਲੀਮੈਂਟ 'ਚ ਜਾ ਕੇ ਪੂਰੇ ਮੁਲਕ 'ਚ ਥਾਂ ਬਣਾਈ ਔਰ ਹੁਣ ਪੰਜਾਬ ਦੇ ਵੱਡੇ ਆਗੂ ਬਣ ਗਏ ਨੇ। ਉਸੇ ਤਰ੍ਹਾਂ ਸੁਖਪਾਲ ਖਹਿਰਾ ਜੇ ਪਾਰਲੀਮੈਂਟ 'ਚ ਚਲੇ ਜਾਣਗੇ ਤਾਂ ਇੱਕ ਵੱਡਾ ਕੱਦ ਉਹਨਾਂ ਦਾ ਬਣੂਗਾ। ਔਰ 2019 ਤੋਂ ਪਹਿਲਾਂ ਸੁਖਪਾਲ ਖਹਿਰਾ ਇੱਕ ਕੇਜਰੀਵਾਲ ਦੇ ਮੁਕਾਬਲੇ 'ਚ ਪੰਜਾਬ 'ਚ ਆਪਣੀ ਥਾਂ ਬਣਾ ਸਕਦੇ ਨੇ। ਬੜੀ ਸਪਸ਼ਟ ਤੌਰ 'ਤੇ ਮੈਂ ਕਹਿਣਾ ਕਿ ਕਿਸੇ ਵੀ ਲੋਕਤੰਤਰ ਲਈ ਚੰਗਾ ਵਿਰੋਧੀ ਧਿਰ ਜ਼ਰੂਰੀ ਹੈ। ਜੇ ਨਰਿੰਦਰ ਮੋਦੀ ਦੀ ਸਰਕਾਰ ਨੂੰ ਬਹੁਤ ਮਜ਼ਬੂਤ ਵਿਰੋਧੀ ਧਿਰ ਮਿਲਿਆ ਹੁੰਦਾ ਤਾਂ ਬਹੁਤ ਸਾਰੇ ਜਿਹੜੇ ਫੈਸਲੇ ਨੇ ਜਿਹੜੇ ਲੱਗਦੇ ਨੇ ਵਿਰੋਧੀ ਧਿਰ ਨੂੰ ਕਿ ਨਹੀਂ ਹੋਣੇ ਚਾਹੀਦੇ ਸੀ, ਉਹ ਨਹੀਂ ਹੋਣੇ ਸੀ। ਸੋ ਜੇ ਸੁਖਪਾਲ ਖਹਿਰਾ ਵਰਗਾ ਕਿਰਦਾਰ ਪਾਰਲੀਮੈਂਟ 'ਚ ਜਾਂਦਾ ਤਾਂ ਪੰਜਾਬ 'ਚ ਉਹਦੇ ਲਈ ਆਸਾਨ ਹੋ ਜਾਏਗਾ ਆਪਣੀ ਪਾਰਟੀ ਦੀ ਤਾਕਤ ਨੂੰ ਸੰਗਠਿਤ ਕਰਨਾ, ਵਧਾਉਣਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਲੜਨਗੇ, ਬੀਬੀ ਹਰਸਿਮਰਤ ਕੌਰ ਦੇ ਖਿਲਾਫ ਲੜਨਗੇ। ਔਰ ਬੀਬੀ ਹਰਸਿਮਰਤ ਕੌਰ ਦੇ ਖਿਲਾਫ ਲੜਨ ਦਾ ਉਹਨਾਂ ਨੂੰ ਫਾਇਦਾ ਕੀ ਮਿਲੂਗਾ ਕਿ ਤਿਕੋਣੀ ਟੱਕਰ ਉੱਥੇ ਬਣ ਸਕਦੀ ਹੈ। ਮੈਂ ਜ਼ਿਕਰ ਕਰਦਾ, ਬੀਬੀ ਹਰਸਿਮਰਤ ਕੌਰ ਬਾਦਲ ਸਿਰਫ 20,000 ਵੋਟਾਂ ਦੇ ਫਰਕ ਨਾਲ ਜਿੱਤੇ ਸੀ ਮਨਪ੍ਰੀਤ ਬਾਦਲ ਤੋਂ, ਪਰ ਮੇਰੇ ਕੋਲ ਅੰਕੜੇ ਨੇ 5,14,727 ਵੋਟਾਂ ਨੇ ਜਿਹੜੀਆਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਪਈਆਂ ਸੀ 2014 ਔਰ 2014 'ਚ, ਔਰ 4,95,332 ਵੋਟਾਂ ਨੇ ਜਿਹੜੀਆਂ ਉਹ ਮਨਪ੍ਰੀਤ ਬਾਦਲ ਨੂੰ ਪਈਆਂ ਸੀ। ਸੋ 19,395 ਵੋਟਾਂ ਦਾ ਫਰਕ ਸੀ 2014 'ਚ ਪੰਜਾਬ 'ਚ। ਹੁਣ ਸਥਿਤੀਆਂ ਇਹ ਨੇ ਕਿ ਮਨਪ੍ਰੀਤ ਬਾਦਲ ਕੈਬਨਿਟ ਦੇ ਮੰਤਰੀ ਨੇ ਪੰਜਾਬ ਦੇ, ਲੇਕਿਨ ਬਹੁਤ ਸਾਰੇ ਅਜਿਹੇ ਉਹਨਾਂ ਨੇ ਵਾਅਦੇ ਕੀਤੇ ਸੀ ਚੋਣਾਂ ਤੋਂ ਪਹਿਲਾਂ ਬਠਿੰਡਾ ਦੇ ਲੋਕਾਂ ਨਾਲ ਜਿਹੜੇ ਮਨਪ੍ਰੀਤ ਬਾਦਲ ਪੂਰੇ ਨਹੀਂ ਕਰ ਪਾ ਰਹੇ। ਕੁਝ ਕੀਤੇ ਹੋਣਗੇ ਪਰ ਬਠਿੰਡੇ ਦੇ ਆਮ ਲੋਕਾਂ ਨਾਲ ਜਦੋਂ ਮੈਂ ਗੱਲ ਕੀਤੀ ਕਈ ਲੋਕ ਨਾ ਖੁਸ਼ ਸੀ। ਸੋ ਮੈਨੂੰ ਇਹ ਲੱਗਦਾ ਕਿ ਇਸ ਵਾਰ ਅਗਰ ਕੋਈ ਹੋਰ ਉਮੀਦਵਾਰ ਉੱਥੋਂ ਖੜਦਾ ਤਾਂ ਕਾਂਗਰਸ ਦੇ ਖਿਲਾਫ ਉੱਥੇ ਐਂਟੀ ਇਨਕੰਬੈਂਸੀ ਰਹੇਗੀ ਬਠਿੰਡਾ ਦੇ ਵਿੱਚ। ਔਰ ਅਕਾਲੀ ਦਲ ਦੇ ਪ੍ਰਤੀ ਸਾਨੂੰ ਸਾਰਿਆਂ ਨੂੰ ਪਤਾ ਹੈ ਬਰਗਾੜੀ ਵਾਲੇ ਮਾਮਲੇ ਤੋਂ ਬਾਅਦ ਕਾਫੀ ਜ਼ਿਆਦਾ ਨਾਰਾਜ਼ਗੀ ਹੈ ਔਰ ਉੱਥੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਵੀ ਐਂਟੀ ਇਨਕੰਬੈਂਸੀ ਹੈ, ਸੱਤਾ ਵਿਰੋਧੀ ਲਹਿਰ ਹੈ। ਸੱਤਾ ਵਿਰੋਧੀ ਲਹਿਰ ਨਰਿੰਦਰ ਮੋਦੀ ਦੇ ਖਿਲਾਫ ਵੀ ਹੈ, ਬੀਜੇਪੀ ਦੀ ਸਰਕਾਰ ਦੇ ਖਿਲਾਫ ਵੀ ਹੈ, ਪੰਜਾਬ 'ਚ ਤਾਂ ਸਪਸ਼ਟ ਤੌਰ 'ਤੇ ਹੈ। ਦੇਸ਼ ਦੇ ਹੋਰ ਹਿੱਸੇ 'ਚ ਭਾਵੇਂ ਕਹਿਣ ਬੀਜੇਪੀ ਵਾਲੇ ਕਿ ਮੋਦੀ ਸਾਹਿਬ ਦੀ ਹਨੇਰੀ ਚੱਲ ਰਹੀ ਹੈ, ਉਹਨਾਂ ਦੀ ਲਹਿਰ ਦੇ ਝੱਖੜ ਚੱਲ ਰਹੇ ਨੇ, ਪਰ ਮੈਨੂੰ ਲੱਗਦਾ ਕਿ ਪੰਜਾਬ 'ਚ ਨਰਿੰਦਰ ਮੋਦੀ ਸਰਕਾਰ ਦੇ ਖਿਲਾਫ ਐਂਟੀ ਇਨਕੰਬੈਂਸੀ ਹੈ। ਉਹਦਾ ਨੁਕਸਾਨ ਹਰਸਿਮਰਤ ਬਾਦਲ ਨੂੰ ਵੀ ਹੋਏਗਾ ਔਰ ਕਾਂਗਰਸ ਨੂੰ ਸੂਬੇ ਦੀ ਐਂਟੀ ਇਨਕੰਬੈਂਸੀ ਦਾ ਨੁਕਸਾਨ ਹੋਏਗਾ ਬਠਿੰਡਾ ਦੇ ਵਿੱਚ। ਅਜਿਹੀ ਸੂਰਤ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਸੁਖਪਾਲ ਖਹਿਰਾ, ਕਿਉਂਕਿ ਇੱਕ ਤਾਂ ਉਹਨਾਂ ਨੇ ਬਹੁਤ ਵੱਡੀਆਂ ਉੱਥੇ ਰੈਲੀਆਂ ਕੀਤੀਆਂ ਜੀ, ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਮਾਲਵੇ ਦੇ ਉਹਨਾਂ ਦੇ ਨਾਲ ਹੈ, ਅਜਿਹੀ ਸੂਰਤ ਦੇ ਵਿੱਚ ਕਈ ਵਿਧਾਇਕ ਮਾਲਵੇ ਦੇ ਉਹਨਾਂ ਦੇ ਨਾਲ ਹੈ, ਅਜਿਹੀ ਸੂਰਤ 'ਚ ਇੱਕ ਮੰਗ ਹੈ ਸੁਖਪਾਲ ਖਹਿਰਾ ਬਾਰੇ ਕਿ ਸੁਖਪਾਲ ਖਹਿਰਾ ਅਗਰ ਬਠਿੰਡੇ ਤੋਂ ਚੋਣ ਲੜੇ, ਔਰ ਕਿਉਂਕਿ ਬਾਦਲਾਂ ਨਾਲ ਸਿੱਧਾ ਟਾਕਰਾ ਲੈਂਦੇ ਨੇ ਸਿਆਸੀ ਤੌਰ 'ਤੇ, ਕੈਪਟਨ ਨਾਲ ਸਿੱਧਾ ਟਾਕਰਾ ਲੈਂਦੇ ਨੇ, ਮਨਪ੍ਰੀਤ ਬਾਦਲ ਨਾਲ ਸਿੱਧਾ ਟਾਕਰਾ ਲੈਂਦੇ ਨੇ, ਮਨਪ੍ਰੀਤ ਬਾਦਲ ਤਾਂ ਚੋਣ ਲੜਨਗੇ ਨਹੀਂ ਮੈਂਬਰ ਪਾਰਲੀਮੈਂਟ ਦੇ ਤੌਰ 'ਤੇ, ਚਿਹਰਾ ਨਵਾਂ ਹੋਏਗਾ। ਸੋ ਕੋਈ ਵੀ ਨਵਾਂ ਚਿਹਰਾ ਹੋਏਗਾ ਉਹਨੂੰ ਐਂਟੀ ਇਨਕੰਬੈਂਸੀ ਝੱਲਣੀ ਪਏਗੀ ਬਠਿੰਡਾ 'ਚ। ਸੋ ਇਸ ਕਰਕੇ ਸੁਖਪਾਲ ਖਹਿਰਾ ਸਖ਼ਤ ਮੁਕਾਬਲਾ ਦੇਣਗੇ, ਤਿਕੋਣੀ ਟੱਕਰ ਹੋਏਗੀ ਔਰ ਮੈਨੂੰ ਲੱਗਦਾ ਕਿ ਸੁਖਪਾਲ ਖਹਿਰਾ ਦੇ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਏਗੀ ਜੇ ਕੇਜਰੀਵਾਲ ਪੰਜਾਬ 'ਚ 4 ਸੀਟਾਂ ਆਪ ਨੂੰ ਜਿਤਾ ਸਕਦਾ ਹੈ, ਅਤੇ ਅੱਜ ਸੁਖਪਾਲ ਖਹਿਰਾ ਵੀ ਪੰਜਾਬ 'ਚ ਕੇਜਰੀਵਾਲ ਤੋਂ ਘੱਟ ਨਹੀਂ ਹੈ,
ਦੁਨੀਆ ਭਰ ਦੇ ਪੰਜਾਬੀਆਂ ਦਾ ਸਾਥ ਵੀ ਸੁਖਪਾਲ ਖਹਿਰਾ ਨੂੰ ਮਿਲ ਰਿਹਾ। ਕੁਝ ਹੋਣਗੇ ਪੰਜਾਬੀ ਜਿਨ੍ਹਾਂ ਦੀ ਸੋਚ ਸੁਖਪਾਲ ਖਹਿਰਾ ਦੇ ਨਾਲ ਨਹੀਂ ਰਲਦੀ ਹੋਣੀ, ਲੇਕਿਨ ਬਹੁ ਗਿਣਤੀ ਪੰਜਾਬੀ ਸੁਖਪਾਲ ਖਹਿਰਾ ਦੇ ਵਿੱਚ ਇਹ ਆਸ ਦੇਖ ਰਹੇ ਨੇ ਕਿ ਸੁਖਪਾਲ ਖਹਿਰਾ ਪੰਜਾਬ ਦੇ ਮੁੱਦਿਆਂ ਨੂੰ ਸ਼ਿੱਦਤ ਨਾਲ ਚੱਕ ਰਹੇ ਨੇ, ਪਾਰਲੀਮੈਂਟ 'ਚ ਵੀ ਚੱਕਣਗੇ। ਸੋ ਲੋਕ ਸਭਾ 'ਚ ਮੈਨੂੰ ਲੱਗਦਾ ਜੇ ਬਠਿੰਡਾ ਤੋਂ ਸੁਖਪਾਲ ਖਹਿਰਾ ਦਾਅਵੇਦਾਰ ਬਣਦੇ ਨੇ, ਹਜੇ ਚੋਣ ਜ਼ਾਬਤਾ ਨਹੀਂ ਲੱਗਿਆ, ਮੈਂ ਨਿਰਪੱਖਤਾ ਨਾਲ ਗੱਲ ਕਰੂੰਗਾ, ਬਹੁਤ ਵੱਡੀ ਸੰਭਾਵਨਾ ਹੈ ਕਿ ਸੁਖਪਾਲ ਖਹਿਰਾ ਬਠਿੰਡਾ ਦੀ ਸੀਟ ਜਿੱਤ ਜਾਣਗੇ। ਇਹ ਭਰੋਸਾ ਸੁਖਪਾਲ ਖਹਿਰਾ ਨੂੰ ਵੀ ਹੈ, ਉਹਨਾਂ ਦੇ ਸਮਰਥਕਾਂ ਨੂੰ ਵੀ ਹੈ। ਇਸੇ ਕਰਕੇ ਸੁਖਪਾਲ ਖਹਿਰਾ ਨੇ ਲਗਭਗ ਤੈਅ ਕਰ ਲਿਆ ਕਿ ਉਹ ਬਠਿੰਡਾ ਤੋਂ ਚੋਣ ਲੜਨਗੇ। ਸਿਰਫ ਮੈਨੂੰ ਲੱਗਦਾ ਸੁਨੀਲ ਜੀ, ਐਲਾਨ ਬਾਕੀ ਹੈ, ਕਿਸੇ ਵੀ ਦਿਨ ਮੋਦੀ ਸਾਹਿਬ ਦੀ ਰੈਲੀ ਤੋਂ ਬਾਅਦ ਸੁਖਪਾਲ ਖਹਿਰਾ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨਗੇ, ਔਰ ਉਸ ਤੋਂ ਬਾਅਦ ਉਹ ਇਹ ਐਲਾਨ ਵੀ ਕਰਨਗੇ ਕਿ ਮੈਂ ਬਠਿੰਡਾ ਦੇ ਵਿੱਚ ਚੋਣ ਲੜਨੀ ਹੈ। ਅਸੀਂ ਉਹਨਾਂ ਦੇ ਅਧਿਕਾਰਿਕ ਐਲਾਨ ਦਾ ਇੰਤਜ਼ਾਰ ਕਰਾਂਗੇ। ਔਰ ਮੈਨੂੰ ਇਹ ਲੱਗਦਾ ਕਿ ਧਰਮਵੀਰ ਗਾਂਧੀ ਸਾਹਿਬ ਪਟਿਆਲੇ ਤੋਂ ਲੜਨਗੇ, ਸਿਮਰਜੀਤ ਬੈਂਸ ਲੁਧਿਆਣੇ ਤੋਂ ਲੜਨਗੇ। ਪਿਛਲੀ ਵਾਰੀ ਸਿਮਰਜੀਤ ਬੈਂਸ ਜੇ ਮੈਂ ਗੱਲ ਕਰ ਲਾਂ ਲੁਧਿਆਣੇ ਤੋਂ ਲੜੇ, ਅਤੇ ਸਿਮਰਜੀਤ ਬੈਂਸ ਜਦੋਂ ਲੁਧਿਆਣੇ ਤੋਂ ਲੜੇ ਅਤੇ ਨੰਬਰ ਇੱਕ 'ਤੇ ਰਹੇ ਰਵਨੀਤ ਸਿੰਘ ਬਿੱਟੂ, 3,04,059 ਵੋਟਾਂ ਰਵਨੀਤ ਬਿੱਟੂ ਨੂੰ ਮਿਲੀਆਂ, ਔਰ ਨੰਬਰ 2 'ਤੇ ਰਹੇ ਐਚ ਐਸ ਫੂਲਕਾ ਸਾਹਿਬ, ਉਹਨਾਂ ਨੂੰ ਮਿਲੀਆਂ 2,80,000। ਸੋ ਰਵਨੀਤ ਬਿੱਟੂ 19,709 ਵੋਟਾਂ ਦੇ ਨਾਲ ਜਿੱਤੇ, ਔਰ ਤੀਸਰੇ ਨੰਬਰ 'ਤੇ ਰਹੇ ਸਿਮਰਜੀਤ ਬੈਂਸ ਜੀ। ਸੋ ਇਸ ਵਾਰ ਐਚ ਐਸ ਫੂਲਕਾ ਨਹੀਂ ਨੇ, ਐਚ ਐਸ ਫੂਲਕਾ ਨੇ ਪਾਰਲੀਮੈਂਟ ਦੀ ਚੋਣ ਨਹੀਂ ਲੜਨੀ, ਆਮ ਆਦਮੀ ਪਾਰਟੀ ਦਾ ਉਹ ਹੁਲਾਰਾ ਨਹੀਂ ਹੈ। ਔਰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਲੋਕ ਜਾਂ ਤਾਂ ਆਪਣੀ ਮੂਲ ਰਾਜਨੀਤਿਕ ਸੋਚ ਵਾਲੇ ਪਾਸੇ ਮੁੜ ਗਏ ਨੇ, ਉਹ ਵੰਡੇ ਗਏ ਨੇ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚ, ਬੀਜੇਪੀ ਦੇ ਵਿੱਚ, ਤਿੰਨਾਂ ਪਾਸਿਆਂ 'ਚ, ਜਾਂ ਉਹ ਸਿਮਰਜੀਤ ਬੈਂਸ ਨਾਲ ਆ ਗਏ ਨੇ। ਸੋ ਸਿਮਰਜੀਤ ਬੈਂਸ ਆਪ ਦੀ ਲਹਿਰ ਹੁੰਦੇ ਹੋਏ ਵੀ ਤੀਜੇ ਨੰਬਰ 'ਤੇ ਰਹੇ ਸੀ, ਅਤੇ ਹੁਣ ਜਦੋਂ ਪੰਜਾਬ 'ਚ ਆਪ ਦੀ ਲਹਿਰ ਕੋਈ ਨਹੀਂ, ਮੋਦੀ ਸਾਹਿਬ ਦੀ ਲਹਿਰ ਕੋਈ ਨਹੀਂ, ਅਕਾਲੀ ਦਲ ਦੀ ਲਹਿਰ ਕੋਈ ਨਹੀਂ, ਕਾਂਗਰਸ ਦੀ ਲਹਿਰ ਕੋਈ ਨਹੀਂ, ਅਤੇ ਫਿਰ ਲੁਧਿਆਣੇ 'ਚ ਸਿਮਰਜੀਤ ਬੈਂਸ ਦਾ ਮੁਕਾਬਲਾ ਰਵਨੀਤ ਬਿੱਟੂ ਨਾਲ ਹੋਏਗਾ। ਪਰ ਮੈਨੂੰ ਇਹ ਲੱਗਦਾ ਕਿ ਲੁਧਿਆਣੇ 'ਚ ਹਾਲ ਦੀ ਘੜੀ 'ਚ ਵੀ ਰਵਨੀਤ ਬਿੱਟੂ ਸਾਹਿਬ ਸਿਮਰਜੀਤ ਬੈਂਸ ਤੋਂ ਜ਼ਿਆਦਾ ਮਜ਼ਬੂਤ ਨੇ। ਉਹਦਾ ਕਾਰਨ ਕੀ ਹੈ ਕਿ ਬਹੁਤੇ ਸ਼ਹਿਰੀ ਇਲਾਕਿਆਂ ਦੇ ਵਿੱਚ ਸਿਮਰਜੀਤ ਬੈਂਸ ਆਪਣਾ ਨੈੱਟਵਰਕ ਮਜ਼ਬੂਤ ਨਹੀਂ ਕਰ ਸਕੇ। ਸਿਮਰਜੀਤ ਬੈਂਸ ਚੰਗੇ ਆਗੂ ਨੇ, ਵੱਡੀ ਸਿਆਸਤ ਕਰਦੇ ਨੇ, ਪਰ ਸਨਅਤੀ ਕੇਂਦਰ ਲੁਧਿਆਣੇ ਤੋਂ ਬਾਹਰ ਉਹਨਾਂ ਦਾ ਕੰਮ ਜ਼ਿਆਦਾ ਹੋਇਆ, ਸ਼ਹਿਰ ਦੇ ਇਲਾਕਿਆਂ 'ਚ ਉਹਨਾਂ ਜ਼ਿਆਦਾ ਕੰਮ ਨਹੀਂ ਹੋਇਆ। ਸਿਮਰਜੀਤ ਬੈਂਸ ਨੂੰ ਸੰਗਰੂਰ, ਆਪਣੇ ਰਾਏਕੋਟ, ਮਾਫ਼ ਕਰਨਾ ਰਾਏਕੋਟ ਨਹੀਂ, ਮੁੱਲਾਪੁਰ, ਜਗਰਾਓਂ ਔਰ ਹਲਕਾ ਗਿੱਲ, ਜਿਹੜੇ ਦਿਹਾਤੀ ਇਲਾਕੇ ਨੇ ਇੱਧਰਲੇ ਸੰਗਤੀ ਕੇਂਦਰ ਲੁਧਿਆਣਾ ਦੇ, ਉੱਥੋਂ ਉਹਨਾਂ ਨੂੰ ਚੰਗੀਆਂ ਵੋਟਾਂ ਮਿਲ ਸਕਦੀਆਂ ਨੇ, ਕਿਉਂਕਿ ਉੱਥੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਪਹਿਲਾਂ ਬਹੁਤ ਵੋਟਾਂ ਮਿਲੀਆਂ ਸੀ। ਲੇਕਿਨ ਇਹਨਾਂ ਦੇ ਆਪਣੇ ਦੋ ਹਲਕੇ ਛੱਡ ਕੇ ਬਾਕੀ ਹਲਕਿਆਂ ਦੇ ਵਿੱਚ ਸਿਮਰਜੀਤ ਬੈਂਸ ਬਹੁਤ ਕਮਜ਼ੋਰ ਨੇ ਮੇਰੀ ਨਜ਼ਰ 'ਚ, ਔਰ ਉੱਥੇ ਰਵਨੀਤ ਬਿੱਟੂ ਬਹੁਤ ਜ਼ਿਆਦਾ ਮਜ਼ਬੂਤ ਨੇ। ਔਰ ਜਿੱਥੇ ਸਿਮਰਜੀਤ ਬੈਂਸ ਦਾ ਚੰਗਾ ਦਬਦਬਾ ਹੈ, ਉਹਨਾਂ ਇਲਾਕਿਆਂ ਦੇ ਵਿੱਚ ਵੋਟਾਂ ਦੀ ਵੰਡ ਜ਼ਿਆਦਾ ਹੋਣੀ ਹੈ। ਜਿੱਥੇ ਸਿਮਰਜੀਤ ਬੈਂਸ ਜ਼ਿਆਦਾ ਮਜ਼ਬੂਤ ਨੇ ਉੱਥੇ ਉਹਨਾਂ ਦੀਆਂ ਵੋਟਾਂ ਅਕਾਲੀ ਦਲ ਨਾਲ ਵੀ ਵੰਡੀਆਂ ਜਾਣੀਆਂ, ਭਾਜਪਾ ਨਾਲ ਵੀ ਵੰਡੀਆਂ ਜਾਣੀਆਂ, ਆਮ ਆਦਮੀ ਪਾਰਟੀ ਨਾਲ ਵੀ ਵੰਡੀਆਂ ਜਾਣੀਆਂ। ਔਰ ਜਿੱਥੇ ਰਵਨੀਤ ਬਿੱਟੂ ਮੌਜੂਦ ਨੇ ਉੱਥੇ ਦੂਸਰੀਆਂ ਧਿਰਾਂ ਬਹੁਤ ਜ਼ਿਆਦਾ ਕਮਜ਼ੋਰ ਨੇ। ਸੋ ਮੈਨੂੰ ਇਹ ਲੱਗਦਾ ਕਿ ਸਿਮਰਜੀਤ ਬੈਂਸ ਮੁਕਾਬਲਾ ਤਾਂ ਦੇ ਲੈਣਗੇ ਰਵਨੀਤ ਸਿੰਘ ਬਿੱਟੂ ਨੂੰ, ਪਰ ਮੈਨੂੰ ਨਹੀਂ ਲੱਗਦਾ ਕਿ ਰਵਨੀਤ ਬਿੱਟੂ ਨੂੰ ਸਨਅਤੀ ਕੇਂਦਰ ਲੁਧਿਆਣੇ 'ਚੋਂ ਇਸ ਵਾਰ ਸਿਮਰਜੀਤ ਬੈਂਸ ਜਾਂ ਅਕਾਲੀ ਦਲ ਦਾ ਉਮੀਦਵਾਰ ਹਰਾ ਪਾਏਗਾ। ਮੈਂ ਵਾਰ ਵਾਰ ਕਹਿ ਰਿਹਾ, ਹਜੇ ਚੋਣ ਜ਼ਾਬਤਾ ਨਹੀਂ ਲੱਗਿਆ, ਅਸੀਂ ਗੱਲ ਕਰ ਸਕਦੇ ਹਾਂ। ਸੋ ਮੈਨੂੰ ਲੱਗਦਾ ਕਿ ਰਵਨੀਤ ਬਿੱਟੂ ਲੁਧਿਆਣੇ ਦੀ ਸੰਗਤੀ ਸੀਟ ਜਿੱਤ ਸਕਦੇ ਨੇ, ਪਰ ਪਟਿਆਲੇ 'ਚ ਜੇ ਆਪਾਂ ਆਈਏ ਸੁਨੀਲ ਜੀ, ਪਟਿਆਲੇ 'ਚ ਫਿਰ ਮੁਕਾਬਲਾ ਹੋਏਗਾ, ਕਿਉਂਕਿ ਐਂਟੀ ਇਨਕੰਬੈਂਸੀ ਕਾਂਗਰਸ ਦੇ ਖਿਲਾਫ ਹੈ, ਕੋਈ ਸ਼ੱਕ ਨਹੀਂ,
ਬੀਬੀ ਪ੍ਰਨੀਤ ਕੌਰ ਪਟਿਆਲੇ ਦੇ ਵਿੱਚ ਪਿਛਲੀ ਵਾਰੀ ਸਿਰਫ 20,942 ਵੋਟਾਂ ਦੇ ਫਰਕ ਨਾਲ ਹਾਰੇ ਸੀ। ਔਰ ਬੀਬੀ ਪ੍ਰਨੀਤ ਕੌਰ ਉਦੋਂ ਹਾਰੇ ਸੀ 20,942 ਵੋਟਾਂ ਦੇ ਫਰਕ ਨਾਲ ਜਦੋਂ ਆਮ ਆਦਮੀ ਪਾਰਟੀ ਦੀ ਲਹਿਰ ਸੀ, ਡਾਕਟਰ ਗਾਂਧੀ ਦੀ ਲਹਿਰ ਸੀ। ਪਰ ਹੁਣ ਸਿਮਰਜੀਤ ਬੈਂਸ ਦਾ ਗੱਠਜੋੜ ਉਹਨਾਂ ਦੇ ਨਾਲ ਹੈ। ਅਗਰ ਸਿਮਰਜੀਤ ਬੈਂਸ ਦਾ, ਸੁਖਪਾਲ ਖਹਿਰਾ ਦਾ, ਕਿਉਂਕਿ ਇਹ ਡੈਮੋਕਰੇਟਿਕ ਅਲਾਇੰਸ 'ਚ ਇਹਨਾਂ ਨੇ ਚੋਣ ਲੜਨੀ ਹੈ। ਪਰ ਹੁਣ ਜਦੋਂ ਬਸਪਾ ਦਾ ਸਾਥ ਮਿਲ ਗਿਆ ਡਾਕਟਰ ਧਰਮਵੀਰ ਗਾਂਧੀ ਨੂੰ, ਜੇ ਬਸਪਾ ਦੇ ਨਾਲ ਡੈਮੋਕਰੇਟਿਕ ਅਲਾਇੰਸ ਤਾਂ ਬਣ ਗਿਆ ਅਗਰ ਗੱਠਜੋੜ ਨੇ ਇਲੈਕਸ਼ਨ ਲੜੀ, ਔਰ ਅਗਰ ਸੁਖਪਾਲ ਖਹਿਰਾ, ਸਿਮਰਜੀਤ ਬੈਂਸ, ਬਸਪਾ, ਡਾਕਟਰ ਗਾਂਧੀ ਦੇ ਡੈਮੋਕਰੇਟਿਕ ਅਲਾਇੰਸ ਨੇ ਸਾਂਝੇ ਤੌਰ 'ਤੇ ਚੋਣ ਲੜੀ, ਹਾਲਾਂਕਿ ਉਹ ਕਹਿ ਰਹੇ ਨੇ ਲੜਾਂਗੇ ਪਰ ਜਦੋਂ ਤੱਕ ਉਮੀਦਵਾਰ ਨਹੀਂ ਐਲਾਨੇ ਜਾਂਦੇ, ਅਗਰ ਬਸਪਾ ਦਾ ਸਾਥ ਮਿਲ ਗਿਆ ਫਿਰ ਗਾਂਧੀ ਸਾਹਿਬ ਮੁਕਾਬਲੇ 'ਚ ਆ ਸਕਦੇ ਨੇ, ਨਹੀਂ ਤਾਂ ਉੱਥੇ ਵੀ ਹਾਲ ਦੀ ਕੜੀ ਬੀਬੀ ਪ੍ਰਨੀਤ ਕੌਰ ਨੇ ਜਿਹੜੇ, ਔਰ ਡਾਕਟਰ ਧਰਮਵੀਰ ਗਾਂਧੀ, ਉਹਨਾਂ ਦੇ ਵਿੱਚ ਮੁਕਾਬਲਾ ਜਿਹੜਾ ਹੈ ਉਹ ਬਣਿਆ ਰਹੇਗਾ। ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਬੀਬੀ ਪ੍ਰਨੀਤ ਕੌਰ ਉੱਥੋਂ ਚੋਣ ਲੜਦੇ ਨੇ ਜਾਂ ਨਹੀਂ ਲੜਦੇ ਨੇ, ਔਰ ਜੇ ਬਸਪਾ ਦਾ ਸਾਥ ਨਹੀਂ ਮਿਲਦਾ ਡਾਕਟਰ ਧਰਮਵੀਰ ਗਾਂਧੀ, ਸਿਮਰਜੀਤ ਬੈਂਸ, ਸੁਖਪਾਲ ਖਹਿਰਾ ਦੇ ਗੱਠਜੋੜ ਨੂੰ, ਤਾਂ ਫਿਰ ਬੀਬੀ ਪ੍ਰਨੀਤ ਕੌਰ ਨੂੰ ਹਰਾਉਣਾ ਵੀ ਉੱਥੋਂ ਮੈਨੂੰ ਲੱਗਦਾ ਔਖਾ ਹੋਏਗਾ। ਸੋ ਜਿਹੜਾ ਡੈਮੋਕਰੇਟਿਕ ਅਲਾਇੰਸ ਹੈ ਉਹਦੇ ਜਿਹੜੇ ਤਿੰਨ ਵੱਡੇ ਕਿਰਦਾਰ ਨੇ, ਸਿਮਰਜੀਤ ਬੈਂਸ, ਡਾਕਟਰ ਧਰਮਵੀਰ ਗਾਂਧੀ ਔਰ ਸੁਖਪਾਲ ਖਹਿਰਾ, ਜੀ ਉਹਨਾਂ ਦੇ ਵਿੱਚੋਂ ਸੁਖਪਾਲ ਖਹਿਰਾ ਸਭ ਤੋਂ ਜ਼ਿਆਦਾ ਆਸਾਨ ਅਵਸਥਾ 'ਚ ਮੈਨੂੰ ਲੱਗ ਰਿਹਾ ਕਿ ਸਭ ਤੋਂ ਜ਼ਿਆਦਾ ਆਸਾਨ ਅਗਰ ਜਿੱਤਣਾ ਕਿਸੇ ਲਈ ਹੋਏਗਾ ਤਾਂ ਉਹ ਸਿਰਫ ਸੁਖਪਾਲ ਖਹਿਰਾ ਦੇ ਲਈ ਹੋਏਗਾ। ਇਹ ਮੇਰੇ ਆਪਣੇ ਅੰਦਾਜ਼ੇ ਨੇ, ਹੋ ਸਕਦਾ ਬਹੁਤ ਸਾਰੇ ਲੋਕ ਨਾ ਸਹਿਮਤ ਹੋਣ, ਉਹਨਾਂ ਦੇ ਵਿਚਾਰ ਦਾ ਵੀ ਸਵਾਗਤ ਹੈ ਮੇਰੇ ਕੋਲ। ਅੱਛਾ ਡੱਲਾ ਜੀ, ਇੱਕ ਹੋਰ ਮੈਂ ਚੀਜ਼ ਲਊਂਗਾ ਆਮ ਆਦਮੀ ਪਾਰਟੀ 'ਤੇ ਜੁੜੀ ਹੋਈ, ਕਿ ਇੱਕ ਤਾਂ ਕੰਵਰ ਸੰਧੂ ਨੇ, ਟਕਸਾਲੀ ਆਗੂ ਨੇ, ਉਹਨਾਂ ਨੂੰ ਕੀ ਲੋਕ ਸਭਾ ਚੋਣਾਂ ਨੂੰ ਖਹਿਰਾ ਸਾਦਾ ਦੇ ਸਕਦੇ ਨੇ, ਜਿਵੇਂ ਕਿ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਨਾਲ ਚੱਲਾਂਗੇ, ਨਵੀਂ ਪਾਰਟੀ ਬਣਾਵਾਂਗੇ? ਅਤੇ ਦੂਜੀ ਗੱਲ ਜਿਹੜੀ ਹੈਗੀ ਆ, ਦਿੱਲੀ ਜਿਹੜੀ ਆਮ ਆਦਮੀ ਪਾਰਟੀ ਬੈਠੀ ਆ ਉਹ ਮਨ੍ਹਾ ਕਰ ਰਹੀ ਆ, ਜਿਹੜੀ ਖਬਰ ਆ ਕਿ ਅਸੀਂ ਕਿਸੇ ਨਾਲ ਗਠਬੰਧਨ ਨਹੀਂ ਕਰਾਂਗੇ, ਕਿ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਸੀਟਾਂ ਨੂੰ ਲੈ ਕੇ ਉਹਨਾਂ ਦੀ ਆਪਸੀ ਜਿਹੜੀ ਰਜਾਮੰਦੀ ਆ ਨਹੀਂ ਹੋ ਰਹੀ? ਦੇਖੋ, ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦਾ ਗੱਠਜੋੜ ਇਸ ਕਰਕੇ ਨਹੀਂ ਹੋ ਸਕਦਾ ਜੋ ਮੈਨੂੰ ਲੱਗਦਾ, ਇੱਕ ਤਾਂ ਕਾਂਗਰਸ ਵਿਰੋਧੀ ਹੈ, ਕਾਂਗਰਸ ਨਹੀਂ ਚਾਹੁੰਦੀ ਕਿ ਅਸੀਂ ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰੀਏ, ਔਰ ਆਮ ਆਦਮੀ ਪਾਰਟੀ ਵੀ ਨਹੀਂ ਚਾਹੁੰਦੀ ਕਿ ਅਸੀਂ ਪੰਜਾਬ 'ਚ ਕਾਂਗਰਸ ਨਾਲ ਗੱਠਜੋੜ ਕਰੀਏ। ਕਿਉਂ? 13 ਸੀਟਾਂ ਨੇ ਪੰਜਾਬ ਦੀਆਂ, 4 ਸੀਟਾਂ ਤਾਂ ਜਿੱਤੀ ਬੈਠੀ ਆਮ ਆਦਮੀ ਪਾਰਟੀ। ਜੀ ਜੀ, ਭਗਵੰਤ ਮਾਨ ਦੀ ਟਿਕਟ ਆਮ ਆਦਮੀ ਪਾਰਟੀ ਨਹੀਂ ਛੱਡੂਗੀ ਜੇ ਸਮਝੌਤਾ ਕਰੂਗੀ। ਕਾਂਗਰਸ ਨੂੰ ਇਹ ਲੱਗਦਾ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ, ਹਾਲਾਂਕਿ ਕਾਂਗਰਸ 13 ਸੀਟਾਂ ਜਿੱਤਦੀ ਨਹੀਂ, ਕਾਂਗਰਸ ਨੂੰ ਲੱਗਦਾ। ਆਮ ਆਦਮੀ ਪਾਰਟੀ ਨੂੰ ਇਹ ਲੱਗਦਾ ਕਿ ਸਾਡੇ ਕੋਲ 4 ਸੀਟਾਂ ਹੈਗੀਆਂ ਨੇ, ਜੇ ਕਾਂਗਰਸ ਨਾਲ ਗੱਠਜੋੜ ਹੋਊਗਾ ਤਾਂ ਸਾਨੂੰ 4 ਸੀਟਾਂ ਤਾਂ ਮਿਲਣ, ਕਾਂਗਰਸ ਨੇ 4 ਸੀਟਾਂ ਛੱਡਣੀਆਂ ਨੇ। ਇਸ ਕਰਕੇ ਪੰਜਾਬ 'ਚ ਜਿਹੜਾ ਗੱਠਜੋੜ ਹੋਣਾ ਔਖਾ ਹੈ, ਹਾਲਾਂਕਿ ਭਗਵੰਤ ਮਾਨ ਚਾਹੁੰਦੇ ਨੇ ਕਿਤੇ ਨਾ ਕਿਤੇ ਦਿਲੋਂ ਕਿ ਸਾਡਾ ਗੱਠਜੋੜ ਹੋਵੇ, ਪਰ ਉਹ ਚਾਹੁੰਦੇ ਨੇ ਜੇ ਗੱਠਜੋੜ ਹੋਵੇ ਤਾਂ ਸਾਡੀਆਂ 4 ਸੀਟਾਂ ਕਾਂਗਰਸ ਛੱਡੇ। ਕਾਂਗਰਸ 4 ਸੀਟਾਂ ਪੰਜਾਬ 'ਚ ਨਹੀਂ ਛੱਡ ਸਕਦੀ, ਇਸ ਕਰਕੇ ਪੰਜਾਬ 'ਚ ਕਾਂਗਰਸ ਅਤੇ ਆਪ ਦਾ ਗੱਠਜੋੜ ਮੈਨੂੰ ਲੱਗਦਾ ਔਖਾ ਹੈ। ਔਰ ਇਹ ਸਿਰਫ ਦਿੱਲੀ ਦੇ ਵਿੱਚ ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਕੁਝ ਅਜਿਹੇ ਸੂਬਿਆਂ ਦੇ ਵਿੱਚ ਕਾਂਗਰਸ ਅਤੇ ਮਹਾਂਗਠਬੰਧਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਗੱਠਜੋੜ ਕਾਂਗਰਸ ਨਾਲ ਹੋ ਸਕਦਾ, ਮਹਾਂਗਠਬੰਧਨ 'ਚ ਜਾ ਸਕਦੀ ਆਮ ਆਦਮੀ ਪਾਰਟੀ, ਇਕੱਲੇ ਕਾਂਗਰਸ ਨਾਲ ਪੰਜਾਬ 'ਚ ਗੱਠਜੋੜ ਸੁਨੀਲ ਜੀ ਮੈਨੂੰ ਔਖਾ ਲੱਗ ਰਿਹਾ ਆਮ ਆਦਮੀ ਪਾਰਟੀ ਦਾ, ਕਿਉਂਕਿ ਦੋਵੇਂ ਧਿਰਾਂ ਨੂੰ ਜੀ ਜੀ ਉਨੀਆਂ ਸੀਟਾਂ ਲੜਨ ਲਈ ਨਹੀਂ ਮਿਲਣੀਆਂ। ਅੱਛਾ ਡੱਲਾ ਜੀ, ਜਿਹੜੀ ਬੇਅਦਬੀ ਮਾਮਲਿਆਂ ਦੀ ਜਾਂਚ ਲਈ SIT ਦਾ ਗਠਨ ਕੀਤਾ, ਪਤਾ ਲੱਗ ਰਿਹਾ ਕਿ ਉਹਦੀ ਰਿਪੋਰਟ ਵੀ ਜਿਹੜੇ ਮੁੱਖ ਮੰਤਰੀ ਨੇ ਉਹਨੂੰ ਛੇਤੀ ਸੌਂਪੀ ਜਾ ਸਕਦੀ ਦੇ SIT ਦੇ ਅਧਿਕਾਰੀ ਵੱਲੋਂ, ਅਤੇ ਕੀ ਕੁਛ ਅਪਡੇਟ ਹੈ ਇਸ ਮਾਮਲੇ ਤੁਹਾਡੇ ਕੋਲ? ਦੇਖੋ, SIT ਨੇ ਲਗਭਗ 200 ਦੇ ਕਰੀਬ ਅਫਸਰਾਂ ਜੀ, ਮੁਲਾਜ਼ਮਾਂ, ਲੀਡਰਾਂ ਔਰ ਜਿਹੜੇ ਗਵਾਹ ਨੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਹੈ, ਔਰ ਜਿਹੜੇ SIT ਦੇ ਚੀਫ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹਨਾਂ ਨੇ ਸਪਸ਼ਟ ਸੰਕੇਤ ਦਿੱਤੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਪੁੱਛਗਿੱਛ ਤੋਂ ਬਾਅਦ।
ਜੀ ਡਾਕਟਰ ਦਲਜੀਤ ਸਿੰਘ ਚੀਮਾ ਦੀ ਪੁੱਛਗਿੱਛ ਤੋਂ ਬਾਅਦ ਉਹਨਾਂ ਨੇ ਇਹ ਸੰਕੇਤ ਦਿੱਤੇ ਨੇ ਕਿ ਬਹੁਤ ਜਲਦ ਅਸੀਂ ਇਹ ਰਿਪੋਰਟ ਮੁਕੰਮਲ ਕਰਨ ਵਾਲੇ ਹਾਂ, ਐਸ ਆਈ ਟੀ ਦੀ ਜਾਂਚ ਰਿਪੋਰਟ, ਔਰ ਇਹਨੂੰ ਸਿੱਧੇ ਤੌਰ 'ਤੇ ਅਸੀਂ ਫਰੀਦਕੋਟ ਦੀ ਅਦਾਲਤ ਦੇ ਵਿੱਚ ਸੌਂਪਾਂਗੇ। ਸੋ ਇਹ ਇੱਕ ਬਹੁਤ ਵੱਡੀ ਡਿਵੈਲਪਮੈਂਟ ਸੁਨੀਲ ਦੀ ਹੋਏਗੀ। ਜੀ ਜੀ, ਅਗਰ ਐਸ ਆਈ ਟੀ, ਮੈਨੂੰ ਇਹ ਲੱਗਦਾ ਕਿ ਐਸ ਆਈ ਟੀ ਅਗਲੇ 1.5 ਮਹੀਨੇ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਕੋਈ 1.5-2 ਮਹੀਨਾ ਪਹਿਲਾਂ ਐਸ ਆਈ ਟੀ ਆਪਣੀ ਰਿਪੋਰਟ ਹੈ ਜਿਹੜੀ ਉਹ ਫਰੀਦਕੋਟ ਦੀ ਅਦਾਲਤ ਨੂੰ ਸੌਂਪ ਸਕਦੀ ਹੈ, ਔਰ ਜਦੋਂ ਅਦਾਲਤ ਨੂੰ ਰਿਪੋਰਟ ਸੌਂਪੀ ਜਾਏਗੀ ਐਸ ਆਈ ਟੀ ਵੱਲੋਂ, ਐਸ ਆਈ ਟੀ ਦੀ ਰਿਪੋਰਟ ਦਾ ਕੰਕਲੂਜ਼ਨ ਕੀ ਹੈ, ਉਹਦੇ ਵਿੱਚ ਤੱਥ ਕੀ ਉੱਭਰ ਕੇ ਆਏ ਨੇ, ਇਹ ਅਦਾਲਤ 'ਚ ਸੌਂਪੇ ਜਾਣਗੇ, ਔਰ ਜਦੋਂ ਅਦਾਲਤ 'ਚ ਸੌਂਪੇ ਜਾਣਗੇ ਤਾਂ ਫਿਰ ਨਿਸ਼ਚਿਤ ਤੌਰ ਦੇ ਉੱਤੇ ਅਦਾਲਤ ਦੀ ਮਰਜ਼ੀ ਦੇ ਨਾਲ ਫੈਸਲਾ ਹੋਏਗਾ ਕਿ ਇਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਜਿਹੜੇ ਤੱਥ ਹੈ ਉਹ ਸਾਰਵਜਨਿਕ ਹੋਣੇ ਨੇ, ਕਿਸ ਤਰੀਕੇ ਨਾਲ ਅਦਾਲਤ ਦੇ ਵਿੱਚ ਇਸ ਪੂਰੇ ਮਾਮਲੇ ਦੀ ਪ੍ਰੋਸੀਡਿੰਗ ਅੱਗੇ ਵਧਣੀ ਹੈ, ਅਦਾਲਤ ਕਿਸ ਕਿਸ ਦੀ ਗ੍ਰਿਫਤਾਰੀ ਦੇ ਹੁਕਮ ਸੁਣਾਏਗੀ, ਉਹਦੇ ਵਿੱਚ ਕਿਹੜੇ ਕਿਹੜੇ ਸਿਆਸੀ ਲੀਡਰ ਹੋਣਗੇ, ਉਹਦੇ 'ਚ ਕਿਹੜੇ ਕਿਹੜੇ ਪੁਲਿਸ ਅਫਸਰ ਹੋਣਗੇ, ਇਹ ਸਾਰਾ ਕੁਝ ਹੁਣ ਅਦਾਲਤ ਦੇ ਵਿਚਾਰ ਅਧੀਨ ਹੋਏਗਾ। ਪਰ ਇਹ ਗੱਲਾਂ ਲਗਭਗ ਸਪਸ਼ਟ ਹੈ ਕਿ ਬਹੁਤ ਜਲਦ ਜਿਹੜੀ ਐਸ ਆਈ ਟੀ ਦੀ ਰਿਪੋਰਟ ਹੈ ਉਹ ਅਸੀਂ ਆਸ ਕਰਦੇ ਹਾਂ ਕਿ ਉਹ ਅਦਾਲਤ ਦੇ ਵਿੱਚ ਜਾਏਗੀ, ਔਰ ਇਸ ਦੇ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਆਪਣਾ ਉਹ ਵਾਅਦਾ ਵੀ ਪੂਰਾ ਹੁੰਦਾ ਦਿਖਾਉਣਾ ਚਾਹੁੰਗੇ ਕਿ ਦੇਖੋ ਅਸੀਂ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ, ਉਸ ਤੋਂ ਬਾਅਦ ਉਸ ਦੇ ਆਧਾਰ 'ਤੇ ਅਸੀਂ ਐਸ ਆਈ ਟੀ ਦਾ ਗਠਨ ਕੀਤਾ, ਔਰ ਐਸ ਆਈ ਟੀ ਨੂੰ ਨਿਰਪੱਖਤਾ ਦਿੱਤੀ, ਕਿਸੇ ਵੀ ਸਰਕਾਰੀ ਤੰਤਰ ਨੇ ਐਸ ਆਈ ਟੀ ਦੀ ਰਿਪੋਰਟ ਨੂੰ ਨਾ ਜਾਂਚਿਆ, ਨਾ ਪੜ੍ਹਿਆ, ਨਾ ਦੇਖਿਆ, ਨਾ ਹੱਥ ਲਾਇਆ, ਉਹ ਰਿਪੋਰਟ ਸਿੱਧੀ ਅਦਾਲਤ 'ਚ ਗਈ। ਔਰ ਇਹਦੇ ਨਾਲ ਕੈਪਟਨ ਅਮਰਿੰਦਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਸੰਕੇਤ ਦੇਣਗੇ ਕਿ ਅਸੀਂ ਪੂਰੀ ਨਿਰਪੱਖਤਾ ਦੇ ਨਾਲ ਐਸ ਆਈ ਟੀ ਬਣਾਈ, ਔਰ ਐਸ ਆਈ ਟੀ ਨੇ ਆਪਣੀ ਰਿਪੋਰਟ ਅਦਾਲਤ 'ਚ ਸੌਂਪੀ, ਔਰ ਹੁਣ ਜੋ ਕੁਝ ਕਰਨਾ ਉਹ ਅਦਾਲਤ ਨੇ ਕਰਨਾ, ਔਰ ਇਹਦੇ ਨਾਲ ਰਾਜਨੀਤਿਕ ਲਾਹਾ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੈਣ ਦੀ ਕੋਸ਼ਿਸ਼ ਕਰਨਗੇ ਕਾਂਗਰਸ ਦੇ ਲੀਡਰ। ਅੱਛਾ ਡੱਲਾ ਜੀ, ਇੱਕ ਹੋਰ ਚੀਜ਼ ਹੈ ਕਿ ਆਉਣ ਵਾਲੇ ਦਿਨਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਦੌਰੇ 'ਤੇ ਆ ਰਹੇ ਨੇ, ਕਿਸਾਨਾਂ ਦੇ ਮਸਲੇ ਦੀ ਗੱਲ ਹੋਏਗੀ, ਕਿਵੇਂ ਤੁਸੀਂ ਸਾਰੇ ਦੌਰੇ ਨੂੰ ਦੇਖਦੇ ਹੋ ਅਤੇ ਇਹਦਾ ਅਸਰ ਪੰਜਾਬ ਦੀ ਸਿਆਸਤ 'ਤੇ ਕੀ ਕੁਛ ਪਵੇਗਾ? ਦੇਖੋ, ਪਹਿਲੀ ਤਾਂ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਸਾਡੇ ਇਸ ਵਾਰ ਆ ਰਹੇ ਨੇ, ਉਹਦੇ ਨਾਲ ਰਾਜਨੀਤਿਕ ਮਾਹੌਲ ਪੰਜਾਬ ਦਾ ਗਰਮਾਏਗਾ। ਜੀ ਜੀ, ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਸੰਬੰਧ ਦੇ ਵਿੱਚ ਕੋਈ ਨਾ ਕੋਈ ਵੱਡਾ ਐਲਾਨ ਪ੍ਰਧਾਨ ਮੰਤਰੀ ਪੰਜਾਬ 'ਚ ਆ ਕੇ ਜ਼ਰੂਰ ਕਰਨਗੇ, ਕਿਉਂਕਿ ਜਦੋਂ ਉਹਨਾਂ ਨੇ MSP ਵਧਾਇਆ ਤਾਂ ਉਦੋਂ ਬਹੁਤ ਗੁਣਗਾਨ ਕੀਤਾ ਭਾਜਪਾ ਨੇ, ਅਕਾਲੀ ਦਲ ਨੇ, ਕਿ ਅਸੀਂ ਇਤਿਹਾਸ 'ਚ ਸਭ ਤੋਂ ਜ਼ਿਆਦਾ MSP ਦਿੱਤਾ, ਔਰ ਉਹ 5 ਸੂਬਿਆਂ ਦੀਆਂ ਚੋਣਾਂ 'ਚ ਸਪਸ਼ਟ ਹੋ ਗਿਆ ਕਿ ਕਿਸਾਨ ਨੂੰ BJP ਦਾ ਉਹ ਦਾਅਵਾ ਉੱਕਾ ਪਸੰਦ ਨਹੀਂ ਆਇਆ, ਔਰ BJP ਨੂੰ ਹਾਰ ਮਿਲੀ 5 ਸੂਬਿਆਂ 'ਚ। ਹੁਣ ਕਿਸਾਨਾਂ ਨਾਲ ਵਾਅਦਾ 2014 'ਚ ਕੀ ਸੀ ਕਿ ਸੁਬਰਾਮਨੀਅਮ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਹੈ ਉਹ ਅਸੀਂ ਲਾਗੂ ਕਰਾਂਗੇ, ਉਹਦੇ ਤੋਂ BJP ਲਗਭਗ ਨਾ ਨੁੱਕਰ ਕਰੀ ਜਾ ਰਹੀ ਹੈ, ਉਹ ਲਾਗੂ ਨਹੀਂ ਕੀਤੀ। BJP ਕਹਿ ਰਹੀ ਹੈ ਕਿ ਸੁਬਰਾਮਨੀਅਮ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਹੀ ਅਸੀਂ ਕਿਸਾਨਾਂ ਦਾ ਸੁਧਾਰ ਕਰਤਾ। ਨਹੀਂ, ਜਿਹੜੀ ਸਵਾਮੀਨਾਥਨ ਦੀ ਰਿਪੋਰਟ ਹੈ ਉਹ ਬਹੁਤ ਵਿਸਥਾਰ ਦੀ ਰਿਪੋਰਟ ਹੈ, ਉਸ ਰਿਪੋਰਟ ਦੇ ਆਧਾਰ 'ਤੇ ਅਗਰ ਖੇਤੀ ਇੰਡੀਆ 'ਚ ਹੋਵੇ, ਪੰਜਾਬ 'ਚ ਹੋਵੇ, ਤਾਂ ਯੁੱਗ ਪਲਟਾਊ ਬਦਲਾਅ ਹੋ ਸਕਦੇ ਨੇ, ਕਿਸਾਨਾਂ ਨੂੰ ਬਹੁਤ ਲਾਹੇਵੰਦ ਗੱਲਾਂ ਮਿਲ ਸਕਦੀਆਂ ਨੇ। BJP ਨੂੰ ਇੰਝ ਲੱਗਦਾ ਕਿ ਜੇ ਅਸੀਂ ਕਿਸਾਨਾਂ ਨੂੰ ਕਹਾਂਗੇ ਕਿ ਅਸੀਂ ਤੁਹਾਨੂੰ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਫਾਇਦੇ ਦੇਤੇ ਤਾਂ ਕਿਸਾਨ ਭੋਲੇ ਭਾਲੇ ਨੇ ਸਮਝ ਜਾਣਗੇ। ਹਾਂ, ਕਿਸਾਨ ਭੋਲੇ ਭਾਲੇ ਨੇ, ਪਰ ਕਿਸਾਨ ਇਹ ਵੀ ਸਮਝਦੇ ਨੇ ਕਿ ਸਰਕਾਰ ਸਾਡੇ ਨਾਲ ਕੀ ਕਰ ਰਹੀ ਹੈ। ਸੋ ਇਸ ਕਰਕੇ ਜਾਂ ਤਾਂ ਨਰਿੰਦਰ ਮੋਦੀ ਸਾਹਿਬ ਪੰਜਾਬ ਦੇ ਕਿਸਾਨਾਂ ਨੂੰ ਆ ਕੇ ਦੱਸਣ ਕਿ ਅਸੀਂ ਸਵਾਮੀਨਾਥਨ ਦੀ ਰਿਪੋਰਟ ਇੰਨ ਬਿੰਨ ਲਾਗੂ ਕਰ ਰਹੇ ਹਾਂ, ਔਰ ਕਰਨੀ ਪੈਣੀ ਹੈ ਉਹਨਾਂ ਨੂੰ 2019 ਦੀਆਂ ਚੋਣਾਂ ਤੋਂ ਪਹਿਲਾਂ, ਤਾਂ ਤਾਂ ਕਿਸਾਨੀ ਵੋਟ ਮਿਲੂਗੀ। ਜਾਂ ਕਰਜ਼ ਮਾਫ਼ੀ ਦਾ ਕੋਈ ਵੱਡਾ ਐਲਾਨ ਕਰਕੇ ਜਾਣ ਔਰ ਕਹਿਣ ਕਿ ਤੈਅ ਬੱਧ ਸੀਮਾ ਦੇ ਵਿੱਚ ਅਸੀਂ ਕਰਜ਼ ਮਾਫ਼ੀ ਕਰਾਂਗੇ,
ਜਾਂ ਕਿਸਾਨਾਂ ਨੂੰ ਵਿੱਤੀ ਤੌਰ 'ਤੇ ਕਿਸੇ ਤਰ੍ਹਾਂ ਦੀ ਮਦਦ ਕਰਨ, ਫਿਰ ਤਾਂ ਉਹਨਾਂ ਦੀ ਜਿਹੜੀ ਰੈਲੀ ਹੈ ਪੰਜਾਬ ਦੇ ਵਿੱਚ ਸਿਆਸੀ ਤੌਰ 'ਤੇ ਬਦਲਾਅ ਕਰ ਸਕਦੀ ਹੈ। ਅਗਰ ਨਰਿੰਦਰ ਮੋਦੀ ਸਾਹਿਬ ਸਿਰਫ ਫਿਊਚਰ ਇੰਡੈਫੀਨਿਟ ਦੀਆਂ ਗੱਲਾਂ ਕਰਦੇ ਰਹੇ, ਜਿਵੇਂ ਫਿਊਚਰ ਇੰਡੈਫੀਨਿਟ ਟੈਂਸ ਹੁੰਦਾ, ਜੀ ਜੀ ਹੋਏਗਾ, ਕਰਾਂਗੇ, ਐਲਾਨ ਕਰਾਂਗੇ, ਬਹੁਤ ਜਲਦ ਦੇਵਾਂਗੇ, ਜਾਂ ਇਹ ਦਾਅਵੇ ਕਰਦੇ ਰਹੇ ਕਿ ਅਸੀਂ ਕਿਸਾਨੀ ਦਾ ਰੁੱਖ ਬਦਲਤਾ, ਅਸੀਂ ਫਸਲਾਂ ਦੇ ਬੀਮੇ ਕਰਤੇ, ਅਸੀਂ MSP ਵਧਾਤਾ, ਇਹਦੇ ਨਾਲ ਕਿਸਾਨਾਂ ਨੂੰ ਫਰਕ ਨਹੀਂ ਪੈਣਾ। ਜਿੰਨੇ ਖਰਚੇ ਦੂਸਰੀਆਂ ਚੀਜ਼ਾਂ ਦੇ ਵਧੇ ਨੇ, ਕਿਸਾਨਾਂ ਨੂੰ ਉਹਦੇ ਮੁਕਾਬਲੇ ਨਾ ਤਾਂ ਮੁਨਾਫਾ ਵਧਿਆ, ਨਾ ਕਿਸਾਨਾਂ ਨੂੰ ਉਹਦੇ ਮੁਕਾਬਲੇ ਸਹੂਲਤਾਂ ਨੇ। ਇਸ ਕਰਕੇ ਜਿਹੜੀ ਕਿਸਾਨੀ ਆ ਬੜੀ ਔਖੀ ਹੈ। ਮੋਦੀ ਸਾਹਿਬ ਜਦ ਤੱਕ ਕਿਸਾਨਾਂ ਨੂੰ ਸਿੱਧਾ ਫਾਇਦਾ ਨਹੀਂ ਦਿੰਦੇ, ਪੰਜਾਬ ਦੇ ਸਰਹੱਦੀ ਕਿਸਾਨਾਂ ਲਈ ਕੋਈ ਪੈਕੇਜ ਨਹੀਂ ਐਲਾਨਦੇ, ਪੰਜਾਬ ਦੇ ਉਦਯੋਗ ਲਈ ਕੋਈ ਪੈਕੇਜ ਨਹੀਂ ਐਲਾਨਦੇ, ਪੰਜਾਬ ਦੇ ਬੇਰੁਜ਼ਗਾਰਾਂ ਲਈ ਕੋਈ ਵੱਡੀ ਸਕੀਮ ਜ਼ਮੀਨ 'ਤੇ ਨਹੀਂ ਲਿਆਉਂਦੇ, ਤਦ ਤੱਕ ਵੱਡਾ ਬਦਲਾਅ ਪੰਜਾਬ 'ਚ ਨਹੀਂ ਹੋਣਾ। ਹਾਂ, ਅਸੀਂ ਸਾਰੇ ਪੰਜਾਬੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਉਹਨਾਂ ਨੇ ਨੀਂਹ ਪੱਥਰ ਦੀ ਰਸਮ ਅਦਾ ਕੀਤੀ ਹੈ ਔਰ ਉਹਨਾਂ ਦੀ ਸਰਕਾਰ ਵੇਲੇ ਨੀਂਹ ਪੱਥਰ ਰੱਖਿਆ ਗਿਆ। ਪਰ 2019 ਦੀਆਂ ਚੋਣਾਂ ਤੋਂ ਪਹਿਲਾਂ ਜੇ ਉੱਥੇ ਸੜਕਾਂ ਬਣ ਗਈਆਂ, ਲਾਂਘੇ 'ਤੇ ਕੰਮ ਸ਼ੁਰੂ ਹੋ ਗਿਆ, ਫਿਰ ਤਾਂ ਪੰਜਾਬ ਦੇ ਲੋਕ ਧੰਨਵਾਦ ਕਰਦੇ ਰਹਿਣਗੇ ਚੋਣਾਂ ਦੇ ਵੇਲੇ ਵੀ, ਨਹੀਂ ਤਾਂ ਪੰਜਾਬ ਦੇ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ। ਅਗਰ ਕੋਰੀਡੋਰ ਦਾ ਜਿਹੜਾ ਕੰਮ ਹੈ ਉਹ ਪਾਕਿਸਤਾਨ ਦੀ ਤਰ੍ਹਾਂ ਸਾਡੇ ਵਾਲੇ ਪਾਸੇ ਵੀ ਤੇਜ਼ੀ ਨਾਲ ਸ਼ੁਰੂ ਨਾ ਹੋਵੇ। ਸੁਨੀਲ, ਚਲੋ ਡੱਲਾ ਜੀ, ਅੱਜ ਦੇਖਦੇ ਹਾਂ ਹੁਣ ਭਵਿੱਖ 'ਚ ਕੀ ਕੁਛ ਹੁੰਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਜੋ ਕੁਛ ਹੋਏਗਾ ਉਹ ਅਜੇ ਭਵਿੱਖ ਦੇ ਹੱਥ ਦੇ ਵਿੱਚ ਆ। ਅੱਜ ਦੀ ਕੁਛ ਅਹਿਮ ਖਬਰਾਂ ਦੀ ਪੜਤਾਲ ਲਈ ਡੱਲਾ ਜੀ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ।